ਇੱਕ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਦੋ ਪੁਲਿਸ ਕਰਮੀਆਂ ਨੂੰ ਟੱਕਰ ਮਾਰੀ ਗਈ ਹੈ, ਜਿਸ ਤੋਂ ਬਾਅਦ ਇਹ ਦੋਨੋਂ ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ। ਦੱਸਦੇ ਕਿ ਇਹ ਹਾਦਸਾ ਨੈਸ਼ਨਲ ਹਾਈਵੇ ਤੇ ਵਾਪਰਿਆ, ਜਦੋਂ ਇਹ ਪੁਲਿਸ ਕਰਮੀ ਨਾਕਾਬੰਦੀ ਕਰਕੇ ਖੜੇ ਸਨ ਤਾਂ ਅਚਾਨਕ ਤੇਜ਼ ਰਫ਼ਤਾਰ ਆਏ ਟਰੈਕਟਰ ਨੇ ਇਹਨਾਂ ਦੋਨਾਂ ਪੁਲਿਸ ਕਰਮੀਆਂ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਤੋਂ ਬਾਅਦ ਇਹ ਦੋਨੋਂ ਪੁਲਿਸ ਮੁਲਾਜ਼ਮ ਫੱਟੜ ਹੋ ਗਏ ਅਤੇ ਇਹਨਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ। ਇਹ ਹਾਦਸਾ ਰਾਜਪੁਰਾ ਸ਼ੰਭੂ ਅੰਬਾਲਾ ਨੈਸ਼ਨਲ ਹਾਈਵੇ ਤੇ ਵਾਪਰਿਆ, ਜਿੱਥੇ ਇਹ ਪੁਲਿਸ ਮੁਲਾਜ਼ਮ ਨਾਕਾਬੰਦੀ ਕਰਕੇ ਖੜੇ ਸਨ, ਉਦੋਂ ਹੀ ਤੇਜ਼ ਰਫ਼ਤਾਰ ਆ ਰਹੇ ਟਰੈਕਟਰ ਦੀ ਚਪੇਟ 'ਚ ਆ ਜਾਂਦੇ ਨੇ। ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਟਰੈਕਟਰ ਚਾਲਕ ਕੌਣ ਸੀ, ਪਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਧਰ ਹੀ ਜ਼ਖਮੀ ਪੁਲਿਸ ਕਰਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵਾਪਰੀ ਸਰ, ਅਸੀਂ ਐਮਐਲਐਲ ਕਟਾ ਚੁੱਕੇ ਹਾਂ, ਬਾਕੀ ਤੁਹਾਨੂੰ ਸੀਨੀਅਰ ਅਫਸਰ ਦੱਸ ਦੇਣਗੇ। ਕਿਤੇ 60 ਵਜੇ ਸਰ, ਦੋ ਅਫਸਰਾਂ ਦੇ ਕੀ ਨਾਕੇ ਦੇ ਖੜੇ ਸੀਗੇ ਸਰ? ਹਾਂਜੀ ਹਾਂਜੀ, ਨਾਕੇ ਤੇ। ਕਿਵੇਂ ਹੋਇਆ ਇਹ ਹਾਦਸਾ ਜੀ? ਉਹ ਤੁਹਾਨੂੰ ਸਾਰੇ ਅਫਸਰ ਦੇ ਦੇਣਗੇ ਬਰੀਫਿੰਗ ਜੀ, ਮੈਂ ਨਹੀਂ ਦੱਸ। ਹੁਣ ਠੀਕ ਨੇ? ਡਾਕਟਰ ਗੁਰਿੰਦਰਪਾਲ ਸਿੰਘ ਸਰ ਜੀ, ਜਿਹੜੇ ਪੁਲਿਸ ਮੁਲਾਜ਼ਮ ਫੱਟੜ ਹੋ ਗਿਆ, ਉਹਦੇ ਪਰ ਜਾਣਕਾਰੀ ਦਿਓ ਸਰ। ਹਾਂਜੀ, ਉਹਨਾਂ ਦੇ ਥੋੜੀਆਂ ਸੱਟਾਂ ਸੀ, ਜਗਵਿੰਦਰ ਸਿੰਘ ਜੀ ਸੀਗੇ ਉਹਨਾਂ ਦੇ ਸ਼ੋਲਡਰ ਤੇ ਸੱਟ ਸੀ ਤੇ ਗੁੱਟ ਤੇ ਸੱਟ ਸੀ, ਇੱਕ ਹੋਰ ਮੁਲਾਜ਼ਮ ਸੀ ਉਹਨਾਂ ਦੇ ਗੋਡੇ ਤੇ ਸੱਟ ਸੀ। ਹੁਣ ਰੈਫਰ ਕਰਤੇ ਕੀ ਕਰਿਆ ਸਰ? ਹਲੇ ਅਸੀਂ ਇੱਥੇ ਟ੍ਰੀਟਮੈਂਟ ਕਰ ਰਹੇ ਹਾਂ, ਰੈਫਰ ਬਾਰੇ ਹਲੇ ਕੁਛ ਨਹੀਂ ਹੈ ਵੀ ਕਰਨਾ ਨਹੀਂ ਕਰਨਾ, ਹਲੇ ਅੰਡਰ ਟ੍ਰੀਟਮੈਂਟ ਨੇ ਸਾਡੇ। ਕਿੰਨੇ ਸਮੇਂ ਦੀ ਗੱਲ ਹੋ ਗਈ ਜੀ, ਕਿੰਨਾ ਟਾਈਮ ਹੋ ਗਿਆ? ਸਾਡੇ ਕੋਲ ਉਹ ਅਰਾਊਂਡ ਘੰਟੇ ਪਹਿਲਾਂ ਆਏ ਸੀ। ਉੱਥੇ ਸਰ ਕੋਈ ਜ਼ਿਆਦਾ ਸੀਰੀਅਸ ਤਾਂ ਨਹੀਂ ਹੈ ਜੀ ਕੋਈ ਮੇਰੀ ਦੋਨਾਂ ਸਾਰੇ 'ਚ? ਨਹੀਂ, ਕੋਈ ਬਹੁਤ ਸੀਰੀਅਸ। ਥੈਂਕ ਯੂ।